नहीं तू तुसी घरे बैठे कित्थों बोलदे हो, मापिआं ने तां तुहानूं बेदखल कीता होया, पिंड च तुहाडी किसे नाल बणदी नहीं, आपदे पिंड च तुसी ठगी मारी होई आ। ਤੇ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਵੀ ਬਾਹਰੋਂ ਵੀ ਤੁਸੀਂ ਕਿਤੋਂ $2,000-3,000 ਲੈ ਕੇ ਚੋਰੀ ਕਰਕੇ ਭੱਜੇ ਹੋ। ਇਸ ਟਾਈਮ ਤੁਹਾਡਾ ਥਾਂ ਟਿਕਾਣਾ ਵੀ ਹੈ ਨਹੀਂ ਕਿਤੇ, ਵੀ ਤੁਸੀਂ ਕਿੱਥੇ ਬੈਠੇ ਹੋ ਕਿੱਥੇ ਨਹੀਂ ਬੈਠੇ। ਪਿੰਡ ਤੁਹਾਡਾ ਇਧਰ ਬਰਨਾਲੇ ਸਾਈਡ ਕੱਟ ਗਿਆ। ਰੁਕ ਰੁਕ ਰੁਕ, ਮੈਂ ਹੋਰ ਰੇਲ ਬਣਾਉਣਾ ਸੀ। ਦੇਖਿਓ ਕੱਲ ਦਾ ਬੁੜਕ ਬੁੜਕ ਕਹਿੰਦਾ ਮੇਰੇ ਢਿੱਡ ਚ ਆ ਕੇ ਵੱਜੋ, ਢਿੱਡ ਚ ਆ ਕੇ ਵੱਜੋ। ਵੀ ਫੋਨ ਤੇ ਤਾਂ ਗੱਲ ਤੇ ਇਥੋਂ ਕੀਤੀ ਨੀ ਗਈ ਹੈ, ਆਹ ਤੈਨੂੰ ਫੋਨ ਲਾਈ ਜਾਂਦਾ ਮੈਂ, ਫੋਨ ਚੱਕ ਕੇ ਤਾਂ ਇਹ ਤੋਂ ਗੱਲ ਹੁੰਦੀ ਨੀ। ਉਹ ਜਿੱਦੇ ਕਿਤੇ ਮਾਇਆ ਦੇ ਮੂਹਰੇ ਜਾ ਵੜਿਆ, ਮੇਰੇ ਸਾਹਮਣੇ ਜਵਾਨ ਖੁੱਲ ਜੂ। ਮੈਨੂੰ ਜਿੱਥੇ ਮਿਲ ਗਿਆ ਬੂਟਾ ਸਿੰਘ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਤੀ, ਸਵੇਰੇ ਉੱਠ ਕੇ ਨਿਰਣੇ ਕਾਲਜੇ ਰੱਬ ਅੱਗੇ ਇਹੀ ਅਰਦਾਸ ਕਰਿਆ ਕਰੋ ਵੀ ਰਫਤਾਰ ਆਏ ਤੇ ਮੈਂ ਮੱਥੇ ਨਾ ਲੱਗ ਜਾ। ਜਿੱਦੇ ਮੇਰੇ ਮੱਥੇ ਲੱਗ ਗਏ, ਮੈਂ ਵੀਡੀਓ ਬਣਾ ਕੇ ਕੱਲੀ ਕੱਲੀ ਗੱਲ ਦਾ ਜਵਾਬ ਲੈਣਾ, ਕੱਲੀ ਕੱਲੀ ਗੱਲ ਦਾ ਜਵਾਬ। ਗਿਆਨੀ ਬੂਟਾ ਸਿੰਘ ਜੀ ਗੱਲ ਕਰ ਰਹੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਛਾਣ ਲਿਆ ਜੀ, ਮੈਂ ਰਫਤਾਰ ਰਾਏ ਗੱਲ ਕਰ ਰਿਹਾ ਸੀ ਜੀ। ਹਾਂਜੀ, ਤੁਸੀਂ ਕਿਹਾ ਸੀ ਢਿੱਡ ਚ ਵੱਜੋ, ਮੈਂ ਕਿਹਾ ਚਲੋ ਆ ਤਾਂ ਪਤਾ ਤਾਂ ਹੈ ਨੀ ਤੁਹਾਡਾ ਮੇਰੇ ਕੋਲ, ਮੈਂ ਕਿਹਾ ਚੱਲ ਫੋਨ ਹੀ ਲਾ ਲਈਏ। ਹੋਰ ਸਿਹਤਾਂ ਠੀਕ ਠਾਕ ਆ ਜੀ? ਠੀਕ ਆ ਠੀਕ ਹੈ। ਤੇ ਮੈਂ ਇੱਕ ਗੱਲ ਕਰਨੀ ਸੀ, ਤੁਸੀਂ ਲੱਖੇ ਸਿਧਾਣੇ ਬਾਈ ਦਾ ਵਿਰੋਧ ਕੀਤਾ ਵੀ ਸਕੂਲਾਂ ਦੇ ਵਿੱਚ ਜੋ ਬੱਚਿਆਂ ਨੂੰ ਜਿਹੜੇ ਪੰਜਾਬੀ ਮਾਂ ਬੋਲੀ ਬੋਲਣ ਤੋਂ ਰੋਕਿਆ ਜਾਂਦਾ ਜਾਂ ਕੜੇ ਪਾਉਣ ਤੋਂ ਰੋਕਿਆ ਜਾਂਦਾ, ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਵੀ ਉਹਦੇ ਵਿੱਚ ਲੱਖੇ ਸਿਧਾਣੇ ਨੇ ਗਲਤ ਕੀ ਕਹਿਤਾ ਜੀ? ਹਾਂਜੀ, ਹਾਂਜੀ ਮੈਂ ਇੱਕ ਵਿੱਚੋਂ ਤੁਹਾਨੂੰ ਰੋਕ ਕੇ ਇੱਕ ਗੱਲ ਕਹਿਣੀ ਚਾਹੁੰਦਾ। ਗੱਲ ਪਤਾ ਜੀ ਕੀ ਆ, ਰਾਮਪੁਰਾ ਫੂਲ ਜਦੋਂ ਲੱਖਾ ਸਿਧਾਣਾ ਬਾਈ ਗਿਆ, ਉਹ ਪਹਿਲਾਂ ਉਹਨਾਂ ਨੇ ਨਾ ਮਾਪਿਆਂ ਨੂੰ ਨਾਲ ਲੈ ਕੇ, ਬੱਚਿਆਂ ਨੂੰ ਨਾਲ ਲੈ ਕੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ। ਤੁਸੀਂ ਵੀਡੀਓ ਦੇਖੀ ਹੋਊ, ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਨੇ ਪੰਜਾਬੀ ਦੀ ਕਿਤਾਬ ਦਿੱਤੀ ਤੇ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਹਾਂਜੀ ਦੇਖੀ ਆ ਨਾ, ਇਹਦਾ ਮਤਲਬ ਇਹ ਆ ਵੀ ਲੱਖੇ ਸਿਧਾਣੇ ਨੇ ਪਹਿਲਾਂ ਮਾਪਿਆਂ ਨਾਲ ਗੱਲ ਕੀਤੀ, ਬਾਅਦ ਦੇ ਵਿੱਚ ਜਾ ਕੇ ਪ੍ਰਿੰਸੀਪਲ ਨਾਲ ਪਹਿਲਾਂ ਗੱਲ ਕੀਤੀ, ਬੱਚਿਆਂ ਦੇ ਮਾਪਿਆਂ ਨਾਲ ਗੱਲ ਕੀਤੀ, ਬਾਅਦ ਦੇ ਵਿੱਚ ਧਰਨਾ ਲਾਇਆ। ਜਦੋਂ ਕੋਈ ਹਾਂਜੀ ਹਾਂਜੀ ਨਹੀਂ ਮੇਰੇ ਨਾਲ, ਮੈਂ ਤੁਹਾਨੂੰ ਐਂ ਗੱਲ ਕਹਿਣਾ ਵੀ ਮੇਰੇ ਨਾਲ ਸਿੱਧੀ ਗੱਲ ਕਰੋ। ਦੇਖੋ ਏਜੰਡਾ ਏਜੰਡਾ ਮੈਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਗੱਲ ਇਹ ਆ ਵੀ ਜਿਹੜਾ ਪੰਜਾਬ ਦੇ ਵਿੱਚ ਸਕੂਲ ਆ ਉਹਦੇ ਵਿੱਚ ਪੰਜਾਬੀ ਬੋਲਣ ਤੋਂ ਕਿਉਂ ਰੋਕਿਆ ਜਾਂਦਾ? ਨਹੀਂ ਗੱਲ ਕਰਨ ਦਾ ਫਾਇਦਾ ਇਹ ਆ, ਮੈਂ ਤੁਹਾਡੇ ਤੋਂ ਇਹੀ ਸਵਾਲ ਪੁੱਛਣੇ ਆ ਨਾ, ਤੁਸੀਂ ਕਹਿਣੇ ਹੋ ਵੀ ਜੇ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਬੱਚੇ ਆਪਦੇ ਮਾਪੇ ਆਪਦੇ ਬੱਚਿਆਂ ਨੂੰ ਹਟਾ ਲੈਣ? ਹਾਂਜੀ, ਫਿਰ ਉਹੀ ਤਾਂ ਮੈਂ ਕਹਿੰਦਾ, ਕੱਲ ਨੂੰ ਤੁਸੀਂ ਕਹਿ ਦੋਗੇ ਵੀ ਪੰਜਾਬ ਦਾ ਸਿਸਟਮ ਜਿਹਨੂੰ ਪਸੰਦ ਨਹੀਂ ਉਹ ਪੰਜਾਬ ਛੱਡ ਕੇ ਬਾਹਰ ਜਾ ਵੜੋ। ਕਾਕਾ ਇੰਨੀਆਂ ਗੱਲਾਂ ਨਾ, ਇੰਨੀਆਂ ਗੱਲਾਂ ਮੈਂ ਪੰਜਾਬ ਵਿੱਚ ਰਹਿਣਾ, ਇੰਨੀਆਂ ਗੱਲਾਂ ਬੱਚ ਗਏ ਛੋਟੀ ਗੱਲਾਂ ਕਰਕੇ ਨਹੀਂ ਗੱਲ ਬਣਦੀ।
ਨਹੀਂ ਨਹੀਂ ਮੈਂ ਵੱਡੀਆਂ ਛੋਟੀਆਂ ਗੱਲਾਂ ਨਹੀਂ ਕਰਦਾ ਜੀ, ਮੈਂ ਟੂ ਦਾ ਪੁਆਇੰਟ ਤੁਹਾਡੇ ਤੋਂ ਗੱਲ ਪੁੱਛਦਾ। ਤੇ ਮੈਂ ਇੱਕ ਗੱਲ ਹੋਰ ਪੁੱਛਣੀ ਸੀ, ਤੁਸੀਂ ਜਿਹੜੇ ਹਿਸਾਬ ਨਾਲ ਕਦੇ ਤੁਸੀਂ ਪਰਮਿੰਦਰ ਝੋਟੇ ਨੂੰ ਕਹਿ ਦਿੰਦੇ ਹੋ ਨਸ਼ੇੜੀ ਆ, ਕਦੇ ਭਾਨੇ ਨੂੰ ਕਹਿ ਦਿੰਦੇ ਹੋ ਆਏ ਫਲਾਨਾ, ਤੇ ਗਾਲ ਕੱਢ ਕੇ ਗੱਲ ਕਰਦੇ ਹੋ ਜੇ ਮੈਨੂੰ ਗਾਲ ਕੱਢ ਕੇ ਗੱਲ ਕਰਦੇ ਹੋ, ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਕਿਸੇ ਨੇ ਅੱਜ ਤੱਕ ਪਹਿਲਾਂ ਗਾਲ ਕੱਢੀ ਆ? ਨਹੀਂ ਮਤਲਬ ਜਿਵੇਂ ਖੱਚ ਸ਼ਬਦ ਵਰਤਣਾ ਕਿਸੇ ਲਈ ਜਾਂ ਕੋਈ ਹੋਰ ਗੱਲ ਕਹਿਣੀ, ਇਹ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਚਿੱਟਾ ਦਾੜਾ ਗਾ, ਤੁਹਾਡੇ ਅੰਮ੍ਰਿਤ ਛਕਿਆ ਹੋਇਆ ਪ੍ਰਚਾਰਕ ਹੋ ਤੁਸੀਂ, ਤੁਹਾਨੂੰ ਇਹ ਗੱਲਾਂ ਸ਼ੋਭਾ ਦਿੰਦੀਆਂ? ਮੈਂ ਤੁਹਾਡੇ ਪੁੱਤਾਂ ਦੀ ਉਮਰ ਦਾ, ਤੁਸੀਂ ਕਿੰਨੇ ਵੱਡੇ ਹੋ ਮੇਰੇ ਤੋਂ, ਤੁਸੀਂ ਕਿਸੇ ਨੂੰ ਖੱਚ ਕਹਿ ਕੇ ਗੱਲ ਕਰੋ? ਜੇ ਮੈਂ ਹੁਣ ਤੁਹਾਨੂੰ ਕੁਛ ਗਲਤ ਬੋਲਾਂ ਜਾਂ ਗਾਲ ਕੱਢਦਾ, ਮੇਰਾ ਕੁਛ ਜਾਣਾ ਨੀ, ਤੁਹਾਡਾ ਕੁਛ ਰਹਿਣਾ ਨੀ, ਤੁਹਾਨੂੰ ਕਿਹੋ ਜਿਹਾ ਲੱਗੂਗਾ ਮੈਨੂੰ ਐਂ ਦੱਸੋ। ਨਹੀਂ ਗੱਲ ਮੈਂ ਬੰਦਿਆਂ ਵਾਂਗੂ ਹੀ ਕਰ ਰਿਹਾ ਜੀ, ਮੈਂ ਤਾਂ ਜੀ ਜੀ ਕਰਕੇ ਗੱਲ ਕਰਦਾ, ਮੈਂ ਤੁਹਾਤੋਂ ਇਹੀ ਗੱਲ ਦਾ ਜਵਾਬ ਮੰਗਦਾ ਵੀ ਭਾਨਾ ਸਿੱਧੂ ਲੱਖਾ ਸਧਾਣਾ ਜਾਂ ਕਿਸੇ ਹੋਰ ਬੰਦੇ ਨੂੰ ਤੁਸੀਂ ਖੱਚ ਖੱਚ ਕਹਿੰਦੇ ਹੋ ਜਾਂ ਮੈਨੂੰ ਕਹਿ ਦਿੰਦੇ ਹੋ, ਜੇ ਮੈਂ ਹੁਣ ਤੁਹਾਨੂੰ ਗਾਲ ਕੱਢਾਂ ਤੁਹਾਡੀ ਕੀ ਰਹਿ ਜੂ? ਨਹੀਂ ਅਸੀਂ ਫਿਰ ਤੁਹਾਡੇ ਵਰਗੇ ਨੀ ਨਾ ਹੈਗੇ ਜੀ, ਤੁਹਾਡੀ ਜ਼ਬਾਨ ਤਾਂ ਗੰਦ ਪੱਕਦੀ ਆ, ਅਸੀਂ ਨੀ ਨਾ ਗੰਦ ਪੱਕਦੇ, ਤੁਸੀਂ ਪ੍ਰਚਾਰਕ ਹੋ ਕੇ ਪਤਾ ਕੀ ਆ ਜੀ। ਨਹੀਂ ਮੈਂ ਨੀ, ਮੈਨੂੰ ਇੱਕ ਗੱਲ ਦੱਸੋ, ਪਤਾ ਕੀ ਆ, ਅਸੀਂ ਅਸੀਂ ਹੁਣ ਤੁਹਾਡੀ ਨਾ ਚਿੱਟੀ ਦਾੜੀ ਦੀ ਲਿਹਾਜ਼ ਕਰ ਰਹੇ ਆ, ਪਤਾ ਕੀ ਆ ਵੀ ਇੱਕ ਪ੍ਰਚਾਰਕ ਬੰਦਾ ਇੱਕ ਕਿਹੜਾ ਪੈਸਾ ਲਿਆ, ਮੈਂ ਐਂ ਕਹਿਣਾ ਇੱਕ ਵੀ ਗੱਲ ਕਹਿ ਦੋ ਵੀ ਅਸੀਂ ਧਰਨਿਆਂ ਚੋਂ ਇੱਕ ਵੀ ਰੁਪਈਆ ਲਿਆ ਹੋਵੇ ਕਿਸੇ ਤੋਂ, ਅਸੀਂ ਦੇਣਦਾਰ ਆ। ਨਹੀਂ ਤੁਸੀਂ ਘਰੇ ਬੈਠੇ ਕਿੱਥੋਂ ਬੋਲਦੇ ਹੋ, ਮਾਪਿਆਂ ਨੇ ਤਾਂ ਤੁਹਾਨੂੰ ਬੇਦਖਲ ਕੀਤਾ ਹੋਇਆ, ਪਿੰਡ ਚ ਤੁਹਾਡੀ ਕਿਸੇ ਨਾਲ ਬਣਦੀ ਨੀ, ਆਪਦੇ ਪਿੰਡ ਚ ਤੁਸੀਂ ਠੱਗੀ ਮਾਰੀ ਹੋਈ ਆ। ਤੇ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਵੀ ਬਾਹਰੋਂ ਵੀ ਤੁਸੀਂ ਕਿਤੋਂ $2,000-3,000 ਲੈ ਕੇ ਚੋਰੀ ਕਰਕੇ ਭੱਜੇ ਹੋ, ਇਸ ਟਾਈਮ ਤੁਹਾਡਾ ਥਾਂ ਟਿਕਾਣਾ ਵੀ ਹੈ ਨੀ ਕਿਤੇ, ਵੀ ਤੁਸੀਂ ਕਿੱਥੇ ਬੈਠੇ ਹੋ ਕਿੱਥੇ ਨਹੀਂ ਬੈਠੇ, ਪਿੰਡ ਤੁਹਾਡਾ ਇੱਧਰ ਬਰਨਾਲੇ ਸਾਈਡ ਆ। ਕੱਟ ਗਿਆ, ਰੁਕ ਰੁਕ ਰੁਕ, ਮੈਂ ਹੋਰ ਰੇਲ ਬਣਾਉਣਾ ਜੀ, ਦੇਖਿਓ ਲੈ ਕਹਿੰਦਾ ਪਿੰਡ ਬੈਠਾ ਚੱਕਣ ਦੇ ਫੋਨ, ਮੈਂ ਕਹਿੰਦਾ ਪਿਆਰ ਨਾਲ ਗੱਲ ਕਰਾਂ, ਪਿਆਰ ਨਾਲ ਗੱਲ ਕਰਾਂ ਆਪਾਂ ਬਾਈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿੰਨੇ ਤੁਸੀਂ ਸਾਰੇ ਜਾਣੇ ਮੇਰੀ ਵੀਡੀਓ ਦੇਖ ਰਹੇ ਹੋ ਨਾ, ਇਹਦਾ ਨੰਬਰ ਆ ਬੂਟਾ ਸਿੰਘ ਦਾ, ਮੈਂ ਲਾਇਆ ਚੱਕ ਨਹੀਂ ਰਿਹਾ, ਕਿਉਂਕਿ ਜੇ ਮੈਂ ਹੁਣ ਇਹ ਬੰਦੇ ਨੂੰ ਗਾਲ ਕੱਢਦਾ, ਉਮਰ ਚ ਵੱਡਾ ਮੇਰੇ ਤੋਂ ਬਹੁਤ ਜ਼ਿਆਦਾ ਵੱਡੇ ਨੇ, ਪ੍ਰਚਾਰਕ ਆ, ਚੱਲ ਬੰਦਾ ਪ੍ਰਚਾਰ ਕਰਦਾ ਰਿਹਾ, ਚਿੱਟਾ ਦਾੜਾ ਆਇਆ, ਉਹ ਸਿਰ ਤੇ ਦਸਤਾਰ ਬੰਨੀ ਹੋਈ ਆ, ਹੁਣ ਜੇ ਮੈਂ ਗਾਲ ਕੱਢਦਾ ਯਾਰ, 20 ਸਾਲ ਦਾ ਮੁੰਡਾ ਇੱਕ ਸਾਹਮਣੇ ਬਜ਼ੁਰਗ ਨੂੰ ਗਾਲ ਕੱਢੇ, ਤੁਸੀਂ ਮੈਨੂੰ ਮਾੜਾ ਕਹਿਣਾ ਸੀ ਨਾ, ਤੁਸੀਂ ਸਾਰਿਆਂ ਨੇ ਕਹਿਣਾ ਸੀ ਵੀ ਕੱਲ ਦਾ ਜਵਾਕ ਇਹਨੂੰ ਬੋਲਣ ਦੀ ਅਕਲ ਨਹੀਂ, ਫਲਾਨਾ ਧਿਉਂਕਾ ਸ਼ਲਾਰੂ, ਪਤਾ ਨਹੀਂ ਤੁਸੀਂ ਕੀ ਕੁਛ ਕਹਿਣਾ ਸੀ ਕਮੈਂਟਾਂ 'ਚ। ਉਹ ਬੰਦਾ ਸ਼ਰੇਆਮ ਗਾਲਾਂ ਕੱਢਦਾ ਭਾਨੇ ਸਿੱਧੂ ਨੂੰ, ਲੱਖੇ ਸਧਾਣੇ ਨੂੰ, ਮੈਨੂੰ ਮੇਰੇ ਤੇ ਇਲਜ਼ਾਮ ਲਾਉਂਦਾ, ਕਹਿੰਦਾ ਧਰਨਿਆਂ 'ਚੋਂ ਪੈਸੇ ਖਾਧੇ ਆ। ਇੱਕ ਵੀ ਬੰਦਾ ਕਹਿ ਦੇਵੇ ਵੀ ਰੁਪਈਆ ਵੀ ਖਾਧਾ ਹੋਵੇ ਕਿਤੇ ਧਰਨੇ 'ਚੋਂ, ਦੇਣਦਾਰ ਹੋਊਗਾ। ਦੂਜੀ ਗੱਲ ਇਹ ਬੰਦਾ ਬੂਟਾ ਸਿੰਘ ਕਹਿੰਦਾ ਕਹਿੰਦਾ ਮੈਂ ਆਪਦੇ ਘਰੇ ਬੈਠਾ ਬੋਲਦਾ, ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਮਾਪਿਆਂ ਨੇ ਇਹ ਬੇਦਖਲ ਕੀਤਾ ਹੋਇਆ, ਪਿੰਡ ਚੋਂ ਕੱਢਿਆ ਹੋਇਆ ਬੰਦਾ, ਇਹ ਪਿੰਡ 'ਚ ਤਾਂ ਇਹ ਰਹਿੰਦੀ ਨਹੀਂ, ਆਪਦੇ ਰਹਿੰਦਾ ਪਤਾ ਨਹੀਂ ਕਿੱਥੇ ਆ, ਇਹਦਾ ਨਾ ਕੋਈ ਅਤਾ ਪਤਾ ਨਾ ਟਿਕਾਣਾ, ਕੱਲ ਦਾ ਬੁੜਕ ਬੁੜਕ ਕਹਿੰਦਾ ਜੀ ਮੇਰੇ ਢਿੱਡ 'ਚ ਆ ਕੇ ਵੱਜੋ, ਢਿੱਡ 'ਚ ਆ ਕੇ ਵੱਜੋ, ਵੀ ਫੋਨ ਤੇ ਤਾਂ ਗੱਲ ਤੇ ਇੱਥੋਂ ਕੀਤੀ ਨਹੀਂ ਗਈ, ਹੈਂ ਆਹ ਤੈਨੂੰ ਫੋਨ ਲਾਈ ਜਾਂਦਾ ਮੈਂ, ਫੋਨ ਚੱਕ ਕੇ ਤਾਂ ਇਹ ਤੋਂ ਗੱਲ ਹੁੰਦੀ ਨੀ, ਉਹ ਜਿੱਦੇ ਕਿਤੇ ਮੈਂ ਇਹਦੇ ਮੂਹਰੇ ਜਾ ਵੜਿਆ, ਮੇਰੇ ਸਾਹਮਣੇ ਜ਼ਬਾਨ ਖੁੱਲ ਜੂ, ਆਏ ਪੀ ਜੀ ਆਉਣ ਲੱਗ ਜਾਂਦੇ ਹੁੰਦੇ ਆ ਫਿਰ ਨੰਬਰ, ਠੀਕ ਹੈ ਨਾ। ਮੈਂ ਹਮੇਸ਼ਾ ਇਹ ਗੱਲ ਕਹਿਣਾ ਵੀ ਜੇ ਕਿਸੇ ਬੰਦੇ ਨੂੰ ਮੇਰੇ ਨਾਲ ਕੋਈ ਗਿਲਾ ਸ਼ਕਵਾ ਹੈ, ਮੇਰਾ ਪਿੰਡ ਬਾਈ ਬੋਪਾ ਰਾਏ ਖੁਰਦਾ, ਤੇ ਮੈਂ ਹਾਜ਼ਰੀ ਹੁੰਦਾ, ਮੈਨੂੰ ਜਿੱਥੇ ਮਰਜ਼ੀ ਸੱਦ ਲਿਓ, ਮੇਰਾ ਤਾਂ ਟਿਕਾਣਾ ਤੁਹਾਨੂੰ ਪਤਾ ਹੀ ਆ, ਜਿੱਥੇ ਮੋਰਚਾ ਲੱਗਿਆ ਹੋਇਆ ਆਪਾਂ ਉੱਥੇ ਹਾਜ਼ਰਾ, ਆਮ ਲੋਕਾਂ ਦੇ ਵਿੱਚ ਹੀ ਰਹੀਦਾ ਆਪਾਂ, ਆਪਣਾ ਕੋਈ ਉਹ ਵਾਲਾ ਸਿਸਟਮ ਨਹੀਂ ਹੈਗਾ ਵੀ ਉਈ ਇੱਥੇ ਫਰਜ਼ੀ ਮਾਰਤੀ। ਹਾਂ ਜਿੱਥੇ ਮੈਂ ਗਲਤ ਆ, ਫੋਨ ਸਿੱਧਾ ਕਰ ਲਾ ਯਾਰ, ਪਹਿਲਾਂ ਸਿੱਧਾ ਕਰਕੇ ਰੱਖ, ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਜਿੱਥੇ ਮੈਂ ਗਲਤ ਆ ਉੱਥੇ ਮੈਂ ਆਪ ਝੁੱਕ ਜਾਂਦਾ, ਕਿਉਂਕਿ ਨਿਆਣੀ ਉਮਰ ਆ, ਹਜੇ ਆਪਾਂ ਸਿੱਖ ਰਹੇ ਆ, ਬਹੁਤ ਕੁਝ ਹਜੇ ਸਿੱਖਣਾ, ਠੀਕ ਆ। ਚਲੋ ਪਹਿਲਾਂ ਮੈਂ ਵੀ ਬਿਨਾਂ ਕੁਝ ਸੋਚੇ ਸਮਝੇ ਕਿਸੇ ਨੂੰ ਬੋਲ ਦਿੰਦਾ ਹੁੰਦਾ ਸੀ, ਪਰ ਹੁਣ ਆਪਾਂ ਹਰ ਗੱਲ ਦਾ ਧਿਆਨ ਰੱਖੀਦਾ, ਮੈਨੂੰ ਵੀ ਸਮਝ ਆਉਣੀ ਆਉਣ ਲੱਗ ਗਈ ਵੀ ਕਿਵੇਂ ਆਪਾਂ ਗੱਲਬਾਤ ਕਰਨੀ ਆ ਕਿਵੇਂ ਨਹੀਂ, ਕਿਉਂਕਿ ਜਦੋਂ ਆਪਾਂ ਬੋਲਦੇ ਆ ਬੰਦਿਆਂ ਦੇ ਵਿੱਚ ਵਿਚਰਦੇ ਆ, ਘਰੋਂ ਬਾਹਰ ਨਿਕਲਦੇ ਆ, ਉਹਦੀ ਗੱਲਾਂ ਸਮਝ ਆਉਂਦੀਆਂ। ਹਾਂ ਜਿੱਥੇ ਆਪਾਂ ਗਲਤ ਆ, ਜੇ ਆਪਾਂ ਉੱਥੇ ਗਲਤੀ ਮੰਨ ਵੀ ਲਈਏ ਵੀ ਚੱਲ ਠੀਕ ਆ ਇੱਥੇ ਮੇਰੇ ਤੋਂ ਗਲਤੀ ਹੋ ਗਈ, ਉੱਥੇ ਆਪਾਂ ਨੀਵੇਂ ਨਹੀਂ ਹੋ ਜਾਂਦੇ। ਹੁਣ ਮੈਂ ਬੂਟਾ ਸਿੰਘ ਨੂੰ ਇੱਕ ਗੱਲ ਪੁੱਛੀ, ਮੈਂ ਕਿਹਾ ਤੂੰ ਲੱਖਾ ਸਧਾਣਾ, ਭਾਨਾ, ਸਿੱਧੂ ਜਾਂ ਮੈਨੂੰ ਕਿਸੇ ਵੀ ਬੰਦੇ ਨੂੰ, ਮੈਂ ਤੂੰ ਗਾਲ ਕੱਢ ਕੇ ਯਾਰ ਗੱਲ ਕਰਦਾ ਵੀ ਇਹ ਤੈਨੂੰ ਚੀਜ਼ ਸ਼ੋਭਾ ਦਿੰਦੀ ਆ, ਇੰਨੀ ਗੱਲ ਪੁੱਛੀ।
फोन कट गया। बंदे नूं ना एक ढंग तरीका हुंदा वी आपां किसे दे नाल की गल करनी आ की गल नहीं करनी। हुण किसे गल दा इहनूं जवाब आया ਬਾ ਪ੍ਰਚਾਰ ਕਰਨ ਲੱਗ ਗਿਆ ਫੋਨ ਤੇ। ਮੈਂ ਕਿਹਾ ਵੀ ਘੁਮਾ ਫਰਾ ਕੇ ਗੱਲ ਨਾ ਕਰ, ਮੈਂ ਤਾਂ ਸਿੱਧੀ ਗੱਲ ਕਰ ਜਿਹੜੀ ਕਰਨੀ ਆ। ਮੈਂ ਪਿਆਰ ਨਾਲ ਗੱਲ ਕੀਤੀ, ਕਿਸੇ ਗੱਲ ਦਾ ਜਵਾਬ ਨਹੀਂ ਆਇਆ। ਵੜਕਦਾ ਕਿਵੇਂ ਸੀ ਵੀਡੀਓ ਚ, ਮੇਰੇ ਢੱਡ ਚ ਆ ਗਏ ਵੱਜੋ, ਢੱਡ ਚ ਆ ਗਏ ਵੱਜੋ ਵੀ ਫੋਨ ਤੇ ਤੇਰੇ ਤੋਂ ਗੱਲ ਨਹੀਂ ਹੁੰਦੀ, ਜੇ ਮੈਂ ਤੇਰੇ ਮੂੰਹ ਤੇ ਆ ਗਿਆ ਫਿਰ ਜਵਾਬ ਨੂੰ ਜਮਾ ਹੀ ਗੱਠ ਵੱਜ ਜਾਣੀ ਆ। ਇਹਨੇ ਬੰਦਾ ਹੀ ਗਲਤ ਛੇੜ ਲਿਆ ਐਤਕੀ। ਅੱਗੇ ਹਰੇਕ ਨੂੰ ਬੋਲਦਾ ਸੀ, ਅਗਲੇ ਇਹਨੂੰ ਇਗਨੋਰ ਕਰ ਦਿੰਦੇ ਸੀ ਵੀ ਚੱਲ ਕਾਹਨੂੰ ਵੀ ਬੋਲੀ ਜਾਂਦਾ ਗਾ, ਬੋਲੀ ਜਾਣ ਦੋ। ਪਰ ਮੈਂ ਨੀ ਸੁੱਕਾ ਛੱਡਦਾ, ਜਿੰਨਾ ਚਿਰ ਮੈਂ ਬੁੱਧਰੀ ਨੀ ਨਾ ਬਣਾਦਾ ਵੀ ਮੈਨੂੰ ਸਾਰਾ ਬੰਦਾ ਰੜ ਕਿਉਂ ਹੀ ਜਾਂਦਾ ਰਹਿੰਦਾ ਵੀ ਮੇਰੇ ਵੱਲ ਉਂਗਲ ਕਰ ਕਿਵੇਂ ਗਿਆ, ਇਹ ਬੋਲ ਕਿਵੇਂ ਗਿਆ ਮੈਨੂੰ। ਹਾਂ ਜਿੱਦੇ ਝੂਠੇ ਹੋਏ ਉਦੇ ਜਿਹੜਾ ਮਰਜ਼ੀ ਬੋਲੀ ਜਾਵੇ, ਨੀਵੀ ਪਾ ਕੇ ਲੰਘ ਜਾਂਗੇ, ਪਰ ਜਿੰਨਾ ਟਾਈਮ ਸੱਚੇ ਆ ਕੋਈ ਸਾਲਾ ਉਂਗਲ ਕਰਕੇ ਬੋਲ ਕੇ ਦਿਖਾਵੇ ਮੈਨੂੰ। ਆ ਬੋਲਿਆ ਸੀ ਨਾ ਕੋਈ ਗੱਲ ਨੀ ਰੇਲ ਹੋਰ ਬਣਾਉ, ਮੈਨੂੰ ਜਿੱਥੇ ਮਿਲ ਗਿਆ ਬੂਟਾ ਸਿੰਘ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਤੀ, ਸਵੇਰੇ ਉੱਠ ਕੇ ਨਿਰਣੇ ਕਾਲ ਜੇ ਰੱਬ ਅੱਗੇ ਇਹੀ ਅਰਦਾਸ ਕਰਿਆ ਕਰੋ ਵੀ ਰਫਤਾਰ ਆਏ ਤੇ ਮੈਂ ਮੱਥੇ ਨਾ ਲੱਗ ਜਾਂ। ਜਿੱਦੇ ਮੇਰੇ ਮੱਥੇ ਲੱਗ ਗਏ ਮੈਂ ਵੀਡੀਓ ਬਣਾ ਕੇ ਕੱਲੀ ਕੱਲੀ ਗੱਲ ਦਾ ਜਵਾਬ ਲੈਣਾ, ਕੱਲੀ ਕੱਲੀ ਗੱਲ ਦਾ ਜਵਾਬ। ਮੇਰੇ ਮੂੰਹ ਤੇ ਆ ਕੇ ਗੱਲ ਕਰੋ ਜਿੱਥੇ ਮਰਜ਼ੀ ਜਦੋਂ ਮਰਜ਼ੀ, ਤੇ ਆਹ ਵੀਡੀਓ ਵੀ ਮੇਰੀ ਸ਼ੇਅਰ ਕਰਕੇ ਪਹੁੰਚਦੀ ਕਰ ਦਿਓ ਹੁਣ ਬੂਟਾ ਸਿੰਘ ਦੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।